यू एस स्टेट डिपार्टमेंट अप्रूवज सेल ऑफ थर्टी वन आर्मड ड्रोन टू इंडियान एडमिनिस्ट्रेस ने अप्रूव करके कांग्रेस को पॉसिबल थर्टी वन एम क्यू नाइन बी यू ए वी सेल टू इंडिया द स्टेट डिपार्टमेंट हैज मेड ए डिटरमीनेशन अपरूविंग ए पॉसिबल फॉरन मिलटरी सेल टू द गवर्नमेंट ऑफ इंडिया of mqo 9b remotely piloted aircraft and related equipment for an estimated cost of 3.99 billion dollars kal tak 3 billion dollars da zikr ho reha si ajj es nu jehda hai oh 3 3.99 billion emein hai jeh mein 199 de chaar 2 dollar hunde so matlab ik ta 1 billion dollar vadhat da matlab bhav vadhat daan karian hor so tok unan ne ok certificate ditta hai ਜਿਹੜੀ ਉਹਨਾਂ ਦੀ ਡਿਫੈਂਸ ਸਿਕਿਉਰਿਟੀ ਕੋਰਪੋਰੇਸ਼ਨ ਏਜੰਸੀ ਹੈ ਔਰ ਹੁਣ ਕਾਂਗਰਸ ਦੇ ਕੋਲ ਜਿਹੜਾ ਹੈ 30 ਦਿਨ ਦੇ ਵਿੱਚ ਉਹਨੂੰ ਰਿਵਿਊ ਕਰਨਗੇ ਔਰ ਉਸ ਰਿਵਿਊ ਤੋਂ ਬਾਅਦ ਫਿਰ ਜਿਹੜਾ ਹੈ ਉਹ ਲੈਟਰ ਆਫ ਆਫਰ ਐਂਡ ਐਕਸੈਪਟੈਂਸ ਦਾ ਇਸ਼ੂ ਹੋਏਗਾ ਔਰ ਫਿਰ ਇਹ ਕਨਕਲੂਡ ਹੋਏਗਾ ਕਿ ਡੀਲ ਥਰੂ ਹੋ ਜਾਏਗੀ ਕਿਉਂਕਿ ਅਮਰੀਕਾ ਦਾ ਫਾਈਨੈਂਸ਼ੀਅਲ ਇੰਟਰਸਟ ਦੇ ਨਾਲ ਨਾਲ ਜਿਹੜਾ ਅਲਟੀਮੇਟ ਪਾਰਟ ਹੈ ਕਿਉਂਕਿ ਜਿਹੜਾ ਜਿਹੜਾ ਇੰਡੀਆ ਨੂੰ ਉਹਨਾਂ ਨੇ ਇੰਟਾਈ ਚਾਈਨਾ ਬੁਲਵਾਕ ਦੇ ਤੌਰ ਤੇ ਡਿਵੈਲਪ ਕਰਨਾ ਸ਼ੁਰੂ ਕੀਤਾ ਸੀ ਉਹ ਰੋਲ ਤਾਂ ਹੈ ਹੀ ਹੈ ਮੇ ਵੀ ਹੋ ਸਕਦਾ ਹੈ ਕਿ ਅੰਦਰੂਨੀ ਤੌਰ ਤੇ ਇੰਡੀਆ ਨੇ ਜਿਹੜਾ ਉਹ ਜੋ ਟ੍ਰਾਂਸਨੈਸ਼ਨਲ ਰਿਪ੍ਰੈਸ਼ਨ ਦੇ ਥੱਲੇ ਅਮਰੀਕਾ ਚਾਹੁੰਦਾ ਉਸ ਕਿਸਮ ਦੀਆਂ ਜੜੀਆਂ ਨੇ ਉਹ ਕਮਿਟਮੈਂਟਸ ਜਾਂ ਉਸ ਕਿਸਮ ਦਾ ਸਪਲੀਕੈਂਟ ਐਟੀਟਿਊਡ ਉਹ ਅਪਲ ਜਿਹੜਾ ਉਹ ਪਨਾਇਆ ਹੋਏ ਜੇ ਇਵਾਨੇ ਕਲੀਅਰ ਵੀ ਹੋ ਜਾਂਦੀ ਹੈ ਕਾਂਗਰਸ ਚੋ ਵੀ ਕਲੀਅਰ ਹੋ ਜਾਂਦੀ ਹੈ ਸਟਿਲ 3 ਇਅਰਸ ਟਾਈਮ ਇਨ ਬਿਟਵੀਨ ਹੈ ਜਿਹੜਾ ਇਹਨਾਂ ਦੇ ਲਈ ਵੀ ਮਾਨਿਟਰਿੰਗ ਟਾਈਮ ਹੋ ਸਕਦਾ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅਸਲਾਮ ਵਾਲੇਕਮ ਆਦਾਬ ਵਰਜ਼ ਮਹਾ ਤੁਹਾਡੀ ਹੋਸਟ ਅਨਿਲਮਕੋਰਤ ਮਾ ਟੀਵੀ ਫੋਰ ਦ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜਿਹਾ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜੜੇਸ ਪ੍ਰੋਗਰਾਮ ਨਾਲ ਦੇਸ਼ਾਂ-ਵਦੇਸ਼ਾਂ ਤੋਂ ਜੁੜ ਚੁਕੇ ਨੇ ਕੱਲ੍ਹ ਸਾਨੂੰ ਫਿਰ ਸੰਦਰ ਦੇ ਸੰਚਾਲਕ ਡਾਕਟਰ ਮਨਜੀਤ ਸਿੰਘ ਦੇ ਸਟੂਡੀਓ 'ਚ ਮੇ ਨਾਲ ਸ਼ਾਮਲ ਨੇ ਉਹਨਾਂ ਨਾਲ ਗੱਲਬਾਤ ਕਰਕੇ ਆਏ ਦੈਂਬ ਇਸ਼ੂਸ 'ਤੇ ਪਰ ਉਹਨਾਂ ਤੋਂ ਅਨਾਂ ਦਾ ਤਜ਼ਰੀਆ ਜਾਣਦੇ ਆ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਨੀਲਮ ਕੌਰ ਜੀ ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 24 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਪੜਣਾ ਪਰਾਵਾਂ ਨੂੰ ਅਸਲਾਮੁਅਲੈਕਮ ਤੇ ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮਾਹ ਜੀ ਡਾਕਟਰ ਸਾਹਿਬ ਜੀ ਇਹਨੂੰ ਪ੍ਰੋਗਰਾਮ ਸੱਚਾ ਸੱਚ ਵੇਚਾ ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ ਅੱਜ 1 ਫਰਵਰੀ 2024 20 ਮਾਰਗ ਨਾਨਕਸ਼ਹੀ ਸੰਮਤ 555 ਦਾ ਦਿਨ ਹੈ ਤੇ ਰੌੜਸਾ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸੇ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਮੇਸ਼ਾਤ ਰੰਦਾਸੀ ਈਵਰਸ ਜੇ ਤੁਸੀਂ ਹੱਕ ਸੱਚ ਇਨਸਾਫ ਦੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 4 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟ੍ਰਮ ਕੇਬਲ ਆਰਸਨ ਕੇਬਲ ਬਲਫਨ ਕੈਨੇਡਾ ਰੋਕੂ ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 4 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਅਰ ਆਈਪੀ ਬਾਕ ਵਿਊਅਰਸ ਅੱਜ ਜੇ ਤੁਸੀਂ ਟੀਵੀ ਦੇ ਫੋਨਾਂ ਦੇ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਨਾਲ ਜੁੜੇ ਹੋ ਤਾਂ ਸਮਾਤ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ ਦੀ ਫੋਰ ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ ਦੀ ਫੋਰ ਦੀ ਲਾਈਵ ਸਟ੍ਰੀਮ ਐ ਸਾਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਾਹਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਵਰਜੀਨੀਆ ਤੋਂ ਬਾਪੂ ਪ੍ਰੀਤਮ ਸਿੰਘ ਪਾਈ ਗੁਰਦਰਸ਼ਨ ਸਿੰਘ ਅਤੇ ਸਰਦਾਰ ਸੁਖਦੇਵ ਸਿੰਘ ਜੀਰਾਂ ਵੱਲੋਂ ਸੋ ਇਹ ਟੀਵੀ 84 ਦੇ ਪੱਕੇ ਜਿਹੜੇ ਸਪੋਰਟਰ ਨੇ ਔਰ ਅਸੀਂ ਇਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਟੀਵੀਏ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਵਾਤਵਾਦ ਦਾ ਸਪਾਂਸਰ ਕਰੋ ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਇਨਫਾ ਟੀਵੀ4.ਟੀਵੀ ਤੇ ਸੋ ਵੀਵਰਸ ਪਹਿਲੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਾਂਗੇ ਭਾਰਤ ਤੇ ਅਮਰੀਕਾ ਦੇ ਬਾਰੇ ਨਾਲ ਕਿ ਮੀਡੀਆ ਰਿਪੋਰਟਾਂ ਸਾਡੇ ਡਿਪਾਰਟਮੈਂਟ ਨੇ ਭਾਰਤ ਨਾਲ ਜੂਨ 2023 ਵਿੱਚ ਕੀਤੀ 3 ਬਿਲੀਅਨ ਡਾਲਰ ਦੀ ਜਿਹੜੀ ਡਰੋਨ ਡੀਲ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਤੇ ਇਸ ਤੇ ਅਗਲੀ ਜਿਹੜੀ ਕਾਰਵਾਈ ਕਰਨ ਲਈ ਇਸ ਨੂੰ ਅਮਰੀਕਾ ਕਾਂਗਰਸ ਦੀ ਮਨਜ਼ੂਰੀ ਲਈ ਪੇਸ਼ ਕੀਤਾ ਜਾਏਗਾ। ਔਰ ਅਮਰੀਕਨ ਕਾਂਗਰਸ ਕੋਲ ਇਸ ਤੇ ਵਿਚਾਰ ਕਰਨ ਲਈ 30 ਦਿਨ ਦਾ ਸਮਾਂ ਹੈ। ਔਰ ਬੀਤੇ ਕੱਲ ਦੀਆਂ ਰਿਪੋਰਟਾਂ ਮੀਡੀਆ ਰਿਪੋਰਟਾਂ ਅਨੁਸਾਰ ਇਸ ਸੌਦੇ ਤੇ ਵਕਤੀ ਤੌਰ ਤੇ ਪਾਬੰਦੀ ਲਗਾ ਦਿੱਤੀ ਗਈ ਸੀ ਇਸ ਬਾਰੇ ਰਿਪੋਰਟ ਸੀ ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂਨ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਤੋਂ ਵੱਧ ਬਹੁਤ ਸ਼ੁਕਰੀਆ ਜੀ ਰਾਰ ਸਭ ਕੀ ਕਹਿਣਾ ਚਾਹੋਗੇ ਅ ਦੇਖੋ ਅਸੀਂ ਆਪਣੇ ਉਹਨਾਂ ਸਾਰੇ ਹੀ ਵਿਊਅਰਸ ਦਾ ਸ਼ੁਕਰੀਆਦਾਤਾ ਕਰਦੇ ਜਿਹੜੇ ਹੁਣ ਵੱਡੀ ਗਿਣਤੀ ਦੇ ਵਿੱਚ ਪ੍ਰੋਗਰਾਮ ਨੂੰ ਲਾਈਵ ਵੀ ਦੇਖਦੇ ਨੇ ਅੱਛਾ ਤੇ ਵਿਦਨ 24 ਆਵਰਸ ਡੇਡ ਘੰਟੇ ਦੇ ਪ੍ਰੋਗਰਾਮ ਦੇ ਜਿਹੜੇ ਨੇ 20000 ਦੇ ਨੇੜੇ ਤੇੜੇ ਈਵਿਅਰਸ ਸਿਰਫ YouTube ਤੇ ਹੁੰਦੇ ਨੇ ਬਹੁਤ ਸਾਰਿਆਂ ਦੇ ਸਾਨੂੰ ਮੈਸੇਜ ਵੀ ਆਉਂਦੇ ਨੇ ਨਵੇਂ ਵੀਰਪੈਣਾ ਨਾਲ ਜੁੜ ਰਹੇ ਨੇ ਅਸੀਂ ਉਹਨਾਂ ਸਭ ਨੂੰ ਵੈਲਕਮ ਵੀ ਕਹਿੰਦੇ ਜੀ ਔਰ ਨਾਲ ਦੀ ਨਾਲ ਇਹ ਗੁਜ਼ਾਰਿਸ਼ ਵੀ ਕਰਦੇ ਆ ਕਿ ਸਾਡਾ ਮਕਸਦ ਸੱਚ ਹੱਕ ਇਨਸਾਫ ਦੀ ਆਵਾਜ਼ ਨੂੰ ਬੁਲੰਦ ਰੱਖਣਾ ਹੈ ਜੀ ਸੋ ਤੁਹਾਡੇ ਲਈ ਜਸਟ ਇੱਕ ਕਲਿਕ ਅਵੇ ਹੋਏਗਾ ਜਿੱਥੇ ਤੁਸੀਂ ਲਾਈਕ ਕਰ ਦਿਓ ਪ੍ਰੋਗਰਾਮ ਨੂੰ ਉਥੇ ਜਿਹੜਾ ਤੁਹਾਡਾ ਆਪਣਾ ক্লোਜ਼ ਗਰੁੱਪ ਹੈ ਉਹਦੇ ਨਾਲ ਸ਼ੇਅਰ ਵੀ ਕਰ ਲਗਾ ਦਤਾ ਨਾ ਕਿਉਂਕਿ ਸਾਡੀ ਕੋਸ਼ਿਸ਼ ਹੈ ਕਿ ਜਿੱਥੇ ਇੰਨਾ ਬਲਾਸਟ 네ਗੇਟਿਵਿਟੀ ਦਾ ਨਾ ਪੱਕੀ ਮੀਡੀਆ ਦਾ ਉਥੇ ਇਹ ਜਿਵੇਂ ਇੱਕ ਵੱਡੇ ਗੁਬਾਰੇ ਨੂੰ ਜਿਹੜਾ ਉਸ ਨੂੰ ਡੀਫਲੇਟ ਕਰਨ ਲਈ ਇੱਕ ਪਿੰਨ ਕਾਫੀ ਹੁੰਦੀ ਹੈ ਇਸੇ ਤਰ੍ਹਾਂ ਸੱਚੋ ਸੱਚ ਸੱਚ ਦਾ ਆਪਣਾ ਭਾਰ ਹੁੰਦਾ ਹੈ ਬਿਲਕੁਲ ਉਸ ਸੱਚ ਦੇ ਨੈਰੇਟਿਵ ਨੂੰ ਜਿਹੜਾ ਕੌਮੀ ਖਾਲਸਤਾਨ ਦੇ ਲਈ ਵਚਨਬੱਧ ਵੀ ਹੈ ਔਰ ਜਿਹੜਾ ਡੇ ਟੂ ਡੇ ਵਿਦਨ 24 ਆਵਰਸ ਜੋ ਦੁਨੀਆ ਦੇ ਵਿੱਚ ਵਾਪਰਦਾ ਹੈ ਅਸੀਂ ਉਸ ਨੂੰ ਸਿੱਖੀ ਦੀ ਸ਼ਾਂਤ ਤੇ ਛਾੜ ਕੇ ਜਿਹੜਾ ਦੇਖਦੇ ਇਹ ਸਾਡੀ ਪਰਖ ਹੈ ਔਰ ਮਹਾਰਾਜ ਦੀ ਕਿਰਪਾ ਦੇ ਨਾਲ ਇਹ 12-13 ਸਾਲ ਤੋਂ ਸਾਡੇ viewers ਸਾਡੇ ਵੈਲਵਿਸ਼ਰਜ਼ ਕੌਮ ਨੂੰ ਪਿਆਰ ਕਰਨ ਵਾਲੇ ਉਹਨਾਂ ਦੇ ਸਹਿਯੋਗ ਸਦਕਾ ਅਸੀਂ ਇਸ ਆਵਾਜ਼ ਨੂੰ ਹੋਰ ਵੀ ਬੁਲੰਦੀਆਂ ਤੱਕ ਲਿਜਾ ਸਕਿਆ ਔਰ ਸਾਡਾ ਦਾਇਰਾ ਜਿਹੜਾ ਹੈ ਹੋਰ ਵੀ وسیਬ ਹੋਇਆ ਔਰ ਅਸੀਂ ਸਭ ਦਾ ਸਨਮਾਨ ਸ਼ੁਕਰੀਆ ਅਦਾ ਕਰਦੇ ਅੱਜ ਦੀ ਸਪਾਂਸਰਸ਼ਿਪ ਉਸ ਪਰਿਵਾਰ ਵੱਲੋਂ ਹੈ ਜਿਨ੍ਹਾਂ ਦੇ ਨਾਲ ਸਾਡਾ ਸੰਬੰਧ ਮੁੱਢਲੇ ਦਿਨਾਂ ਦੇ ਵਿੱਚ ਹੀ ਜਿਹੜਾ ਹੈ 89 90 ਦੌਰ ਦੇ ਵਿੱਚ ਜੁੜਿਆ ਹੈ ਪਾਈ ਗੁਰਦਰਸ਼ਨ ਸਿੰਘ ਜਿਹੜੇ ਉਸਫਰਡ ਦੇ ਗੁਰੂ ਗੋਬਿੰਦ ਸਿੰਘ ਫਾਊਂਡੇਸ਼ਨ ਮੈਰੀਲੈਂਡ ਦੇ ਵਿੱਚ ਗ੍ਰੰਥੀ ਦੀ ਸੇਵਾ ਨਿਭਾਉਂਦੇ ਸਨ ਜੀ ਪਰ ਇਹਨਾਂ ਨੇ ਜਿਹੜਾ ਆਪਣਾ ਬਚਪਨ ਜਿੱਥੇ ਟਕਸਾਲ ਦੇ ਵਿੱਚ ਇਹਨਾਂ ਦੀ ਟ੍ਰੇਨਿੰਗ ਹੋਈ ਉੱਥੇ ਸਿੱਖ ਮਿਸ਼ਨਰੀ ਕਾਲਜ ਦੇ ਵਿੱਚ ਵੀ ਇਹਨਾਂ ਦੀ ਟ੍ਰੇਨਿੰਗ ਸੀ ਹਮਮ ਔਰ ਹਰ ਪੱਖ ਤੋਂ ਔਰ ਮੂਵਮੈਂਟ ਦੇ ਵਿੱਚ ਖਾਲਸਾ ਧਰਮ ਦੀ ਮੂਵਮੈਂਟ ਚ ਸੰਤਪਿੰਡਾ ਵਾਲਿਆਂ ਦੇ ਕਿਉਂਕਿ ਜਨੇ ਟਕਸਾਲ ਦੇ ਵਿਦਿਆਰਥੀ ਵੀ ਸਨ ਉਹ ਕਿਸੇ ਨਾ ਕਿਸੇ ਲੈਵਲ ਦੇ ਉੱਤੇ ਇਨਵੋਲਵ ਸੀ ਉਹ ਸਾਰੇ ਦੇ ਵਿੱਚ ਵੀ ਉਹਨਾਂ ਨੇ ਆਪਣਾ ਯੋਗਦਾਨ ਪਾਇਆ ਹੋਇਆ ਸੀ ਔਰ ਬੜੀ ਨਿਖਰੀ ਹੋਈ ਸੋਚ ਜਾਣਨ ਦੀ ਇੱਛਾ ਜਗਿਆਸਾ ਔਰ ਉਸ ਪੀਰੀਅਡ ਦੇ ਵਿੱਚ ਇਹ 올 ਦਾ ਵੇ ਜਿਹੜੇ ਨੇ ਕੈਲੀਫੋਰਨੀਆ ਉਦੋਂ ਅਜੇ ਮੇਰੀ ਪੜ੍ਹਾਈ ਵੀ ਚੱਲ ਰਹੀ ਸੀ ਔਰ ਨਾਲ ਦੀ ਨਾਲ ਪੰਥਕ ਕੰਮ ਵੀ ਸੀ ਉਸ ਤੋਂ ਬਾਅਦ ਹੀ ਮੈਂ ਫੁੱਲ ਟਾਈਮ ਨਵੰਬਰ 1991 ਦੇ ਵਿੱਚ ਫਿਰ ਮੈਂ ਬਾਕੀ ਵੀ ਸਾਰੇ ਬੰਧਨ ਤੋੜ ਕੇ ਇਸ ਪਾਸੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਦੇ ਆਂਦਾ ਸੋ ਉਦੋਂ ਤੋਂ ਸਾਡਾ ਸੰਪਰਕ ਰਿਹਾ ਮੈਰੀਲੈਂਡ ਪਹਿਲਾ ਫੰਡ ਰੇਜ਼ਰ ਵੀ ਜਿਹੜਾ ਇਹਨਾਂ ਸਾਰਿਆਂ ਦੇ ਐਫਰਟਸ ਦੇ ਨਾਲ ਉਹ ਆਰਗੇਨਾਈਜ਼ ਹੋਇਆ ਖਾਰਿਸਤਾਨ ਅਫੇਅਰ ਸੈਂਟਰ ਜਦੋਂ ਨਵੰਬਰ 1991 ਦੇ ਵਿੱਚ ਬਣਿਆ ਜੀ ਇਹਨਾਂ 32 ਸਾਲਾਂ ਚ ਬਹੁਤ ਸਾਰੇ ਜਿਨ੍ਹਾਂ ਨੂੰ ਤੁਸੀਂ ਤੂਫਾਨ ਕਹਿ ਸਕਦੇ ਹੋ ਅਪ ਹੀਵਲਸ ਕਹਿ ਸਕਦੇ ਹੋ ਜਿਸ ਨੇ ਕਾਫੀ ਕੁਝ ਡਿਸਟਰਬ ਕੀਤਾ ਭਾਈ ਗੁਰਦਰਸ਼ਨ ਸਿੰਘ ਹੋਰੀ ਵੀ ਕਾਫੀ ਉਸ ਕ੍ਰਾਈਸਿਸ ਚੋਂ ਗੁਜ਼ਰੇ ਹਾਲਾਂ ਇੱਕ ਬੜੀ ਨਿਖਰੀ ਸੋਚ ਐ ਪੰਥਕ ਵੀ ਔਰ ਗੁਰਬਾਣੀ ਕੀਰਤਨ ਥਾਟ ਪਰ ਕਈ ਵਾਰ ਸ਼ਾਇਦ ਇਹ ਵੀ ਗੁਰੂ ਦੇ ਭਾਣੇ ਚ ਹੁੰਦਾ ਕਿ ਕੁਝ ਚੀਜ਼ਾਂ ਵਾਪਰ ਦੀਆਂ ਨੇ ਔਰ ਤੁਹਾਨੂੰ ਉਸ ਚੋਂ ਗੁਜ਼ਰਨਾ ਪੈਂਦਾ ਔਰ ਉਦੋਂ ਤੁਹਾਡਾ ਸਬਰ ਸਦਕ ਕਾਇਮ ਰਹੇ ਲੇਕਿਨ ਇਹ ਗੁਰੂ ਦੇ ਹੱਥ ਵਾਸ ਹੁੰਦਾ ਬਹੁਤ ਵਾਰ ਇਹ ਜਿਹੜੀ ਵਡਿਆਈ ਵੀ ਦੇਣੀ ਐ ਇਹ ਵੀ ਗੁਰੂ ਦੇ ਕੋਲ ਹੁੰਦਾ ਔਰ ਇਸ ਕਿਸਮ ਦੇ ਕਈ ਵਾਰ ਤੁਹਾਨੂੰ ਹਾਰਡ ਟਾਈਮਸ ਜੋ ਵੀ ਨਿਕਲਣਾ ਪੈਂਦਾ ਔਰ ਗੁਰੂ ਅੱਗੇ ਅਰਦਾਸ ਹੀ ਇਹ ਹੁੰਦੀ ਹੈ ਜਦੋਂ ਅਸੀਂ ਅਕਾਲ ਪੁਰਖ ਤੋਂ ਮੰਗਦੇ ਵੀ ਹਾਂ ਦੋ ਵੇੜੇ ਜਦੋਂ ਚਾਰ ਪੈਰ ਵੀ ਬੀਤਦੇ ਨੇ ਔਰ ਫਿਰ ਸਾਡੀ ਅਰਦਾਸ ਇਹ ਹੁੰਦੀ ਹੈ ਕਿ ਭਾਈ ਚਾਰ ਪੈਰ ਦਿਨ ਸੁੱਖਾਂ ਦਾ ਬਤੀਤ ਹੋਇਆ ਚਾਰ ਪੈਰ ਰਾਤ ਆਈ ਹੈ ਸੁੱਖਾਂ ਦੀ ਬਤੀਤ ਕਰਨੀ ਹੁਣ ਇਹ ਸੁੱਖ ਦਾ ਮਤਲਬ ਕੋਈ ਰਜਾਈਆਂ ਜਾਂ ਤੜਾਈਆਂ ਕੰਫਰਟ ਨਹੀਂ ਹੈ ਇਹ ਸੁੱਖ ਸਹਿਜ ਦਾ ਮਤਲਬ ਹੈ ਕਿ ਏ ਵਾਹਿਗੁਰੂ ਜੇ ਉਹ ਸਾਰੇ ਚੋਂ ਅਸੀਂ ਗੁਜ਼ਰੇ ਸਾਡੀ ਮਨੋਵਸਥਾ ਦੇ ਵਿੱਚ ਉਹ ਸਹਿਜ ਪਾਵ ਰਿਹਾ ਤੇ ਸਾਨੂੰ ਉਸੇ ਸਹਿਜ ਦੇ ਵਿੱਚ ਰੱਖੋ ਔਰ ਟੀਵੀ 84 ਜਦੋਂ ਅਸੀਂ ਸ਼ੁਰੂ ਕੀਤਾ ਲਗਾਤਾਰਤਾ ਨਾਲ ਇਸ ਮੁੱਚਾ ਪਰਿਵਾਰ ਫਾਈਨੈਂਸ਼ਲੀ ਵੀ ਔਰ ਅਦਰਵਾਇਜ਼ ਵੀ ਬਹੁਤ ਵਾਰ ਇਹ ਹੁੰਦਾ ਹੈ ਇਹ ਜ਼ਰੂਰੀ ਨਹੀਂ ਹੁੰਦਾ ਕਿ ਵੀ ਜਿਹੜੇ ਕੁਝ ਵਰਡ ਜਾਂ ਲਫ਼ਜ਼ ਐਡਮਿਰੇਸ਼ਨ ਦੇ ਹੁੰਦੇ ਨੇ ਜਿਹਦੇ ਵਿੱਚ ਸਾਡੇ ਬਹੁਤ ਸਾਰੇ ਆਪਣੇ ਕਲਚਰ ਦੀਆਂ ਜਿੱਥੇ ਬਹੁਤ ਸਾਰੀਆਂ ਖੂਬੀਆਂ ਨੇ ਇਹ ਕਮਜ਼ੋਰੀ ਵੀ ਹੈ ਕਿ ਅਸੀਂ ਨੁਕਸ ਲੱਭਣ 'ਚ ਜ਼ਿਆਦਾ ਯਕੀਨ ਰੱਖਦੇ ਹਾਂ ਐਪਰੀਸ਼ੀਏਟ ਕਰਨਾ ਘੱਟ ਸਮਝਦੇ ਆਂ ਔਰ ਅਮਰੀਕਨ ਵੈਲਿਊਜ਼ ਦੇ ਵਿੱਚ ਜੇ ਮੈਨੂੰ ਜਿਹੜੀਆਂ ਵੈਲਿਊਜ਼ ਨੇ ਬਹੁਤ ਪ੍ਰਭਾਵਿਤ ਕੀਤਾ ਔਰ ਮੈਂ ਸਮਝਦਾ ਆਂ ਵੀ ਇਹ ਸਾਡੇ ਹਰ ਸਿੱਖ 'ਚ ਵੀ ਹੋਣੀ ਚਾਹੀਦੀਆਂ ਉਹਦੇ 'ਚ ਐਪਰੀਸ਼ੀਏਸ਼ਨ ਕਿ ਵੀ ਤੁਸੀਂ ਨਿੱਕੀ ਨਿੱਕੀ ਚੀਜ਼ ਔਰ ਇਹੀ ਕਾਰਨ ਹੈ ਕਿ ਤੁਸੀਂ ਕਿਸੇ ਖਾਂ ਤੇ ਅੰਦਰ ਜਾਂਦੇ ਹੋ ਤੁਹਾਨੂੰ ਕੋਈ ਬਾਹਰ ਨਿਕਲਦੇ ਆ ਮਿਲਦਾ ਹੈ ਕੋਈ ਵਾਕ ਕਰਦੇ ਆ ਮਿਲਦਾ ਹੈ ਤੁਹਾਨੂੰ ਸਮਾਈਲ ਦੇ ਨਾਲ ਵਿਸ਼ ਕਰਦਾ ਹੈ ਜੇ ਤੁਸੀਂ ਸ਼ਾਮ ਨੂੰ ਉਹ ਤੇ ਗੁੱਡ ਨਾਈਟ ਵੀ ਕਹਿੰਦਾ ਹੈ ਜੇ ਸ਼ਾਮ ਤੇ ਜੇ ਅਦਰਵਾਇਜ਼ ਹੈ ਔਰ ਹਮੇਸ਼ਾ ਇੱਕ ਔਰ ਇਹ ਇੱਕ ਬੜਾ ਜ਼ਰੂਰੀ ਹੁੰਦਾ ਹੈ ਨਿੱਜੀ ਵਿਹਾਰ ਦੇ ਵਿੱਚ ਵੀ ਜੇ ਤੁਸੀਂ ਸੱਚਮੁੱਚ ਜਿਹੜਾ ਉਹ ਇੱਕ ਇਸ ਕਿਸਮ ਦਾ ਆਪਣਾ ਅ ਪਰਸਨੈਲਿਟੀ ਟ੍ਰੇਟ ਅਡਾਪਟ ਕਰੋ ਤੇ ਤੁਸੀਂ ਤਬਦੀਲੀ ਦੇਖੋਗੇ ਕਿਉਂਕਿ ਕਿਸੇ ਨੂੰ ਮਿਲਦੇ ਆ ਆਟੋਮੈਟਿਕਲੀ ਤੁਹਾਡੇ ਚਿਹਰੇ ਤੇ ਸਮਾਈਲ ਆ ਜਾਏ ਔਰ ਇਹ ਇੱਕ ਇਲੈਕਟ੍ਰੋਮੈਗਨੇਟਿਕ ਵੇਵਸ ਵੀ ਹੁੰਦੀਆਂ ਨੇ ਜਿਹੜੀਆਂ ਫਿਰ ਕਨਵੇ ਵੀ ਕਰਦੀਆਂ ਇਹ ਨਹੀਂ ਬੱਚਿਆਂ ਬਾਰੇ ਵੀ ਹੁੰਦਾ ਅਸੀਂ ਬੱਚਿਆਂ ਦੇ ਨੁਕਸ ਕੱਢਣ ਤੇ ਹੁੰਦੇ ਆ ਹਮੇਸ਼ਾ ਹੀ ਉਹਨਾਂ ਦੀ ਨਹੀਂ ਜਦੋਂ ਬੱਚੇ ਕੁਸ਼ ਕਰਦੇ ਨੇ ਔਰ ਵੈਸੇ ਵੀ ਉਹਨਾਂ ਨੂੰ ਹਮੇਸ਼ਾ ਐਪਰੀਸ਼ੀਏਟ ਕਰੋ ਸੋ ਭਾਈ ਸਾਹਿਬ ਦੀ ਹਮੇਸ਼ਾ ਹੀ ਐਪਰੀਸ਼ੀਏਸ਼ਨ ਰਹੀ ਪਬਲੀਕਲੀ ਵੀ ਪ੍ਰਾਈਵੇਟਲੀ ਵੀ ਜੀ ਔਰ ਉਹਨਾਂ ਦੇ ਬਾਪੂ ਜੀ ਬਾਪੂ ਪ੍ਰੀਤਮ ਸਿੰਘ ਉਹਨਾਂ ਦੇ ਮਾਤਾ ਜੀ ਬੜੇ ਡੈਡੀਕੇਟਿਡ ਜਿਹੜੇ ਬੱਚੇ ਬੱਚੀਆਂ ਇਸ ਪਾਸੇ ਜਾਂ ਫੁੱਲ ਟਾਈਮ ਇੱਕ ਪ੍ਰਚਾਰਕ ਬਣਨ ਵਾਲੇ ਤੌਰ ਤੇ ਇਹ ਉਦੋਂ ਹੀ ਹੁੰਦਾ ਜਦੋਂ ਘਰੇਲੂ 파ਰਟ ਹੁੰਦਾ ਹੈ ਉਹਨਾਂ ਦੇ ਵੀ ਕਾਫੀ ਲੰਮੀ ਉਮਰ ਬਾਪੂ ਜੀ ਦੀ ਬੇਬੇ ਜੀ ਦੀ ਆ ਜਿਹੜੀ ਹੈ ਬੇਬੇ ਜੀ 나ੜਵੀ ਮਿਲਨ ਦਾ ਜਿਹੜਾ ਉਸ ਬਾਬਰ ਹੈ ਔਰ ਹੁਣ ਉਹਨਾਂ ਨੇ ਜਿੱਥੇ ਟੀਵੀ 84 ਦੀ ਜਦੋਂ ਅਸੀਂ ਵਰਜੀਨੀਆ ਗੁਰਦੁਆਰਾ ਸਿੰਘ ਸਭਾ ਫੰਡ ਰੇਜ਼ਿੰਗ ਹੋਇਆ ਉਸ ਦੇ ਵਿੱਚ ਆ ਕੇ ਖਲੋਤੇ ਨਾਲ ਜਿਹੜਾ ਉਹਨਾਂ ਨੇ ਇਹ ਡੈਡੀਕੇਟ ਕੀਤਾ ਪ੍ਰੋਗਰਾਮ ਆਪਣੇ ਬਾਪੂ ਜੀ ਪ੍ਰੀਤਮ ਸਿੰਘ ਭਾਈ ਸਾਹਿਬ ਦਾ ਪਾਈ ਗੁਰਦਰਸ਼ਨ ਸਿੰਘ ਔਰ ਭਾਈ ਸੁਖਦੇਵ ਸਿੰਘ ਸੋ ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਪਾਈ ਸਾਹਿਬ ਬਹੁਤ ਚੰਗੇ ਕੀਰਤਨੀਆਂ ਨੇ ਵਿਚਾਰਵਾਨ ਨੇ ਕਥਾਵਾਚਕ ਨੇ ਲੇਕਿਨ ਉਹਨਾਂ ਨੂੰ ਕਦੇ-ਕਦੇ ਜਿਹੜੀ ਹੈ ਉਹ ਸ਼ਾਇਰੀ ਵੀ ਫੁੱਟਦੀ ਹੈ ਔਰ ਪਿਛਲੇ ਦਿਨਾਂ 'ਚ ਉਹਨਾਂ ਨੇ ਕਿਹਾ ਵੀ ਮੈਂ ਤੁਰਿਆ ਜਾਂਦਾ ਜਾਂ ਘਰ ਮੈਂ ਪਹੁੰਚਿਆ ਤਾਂ ਇੱਕਦਮ ਮੈਨੂੰ ਖਿਆਲ ਆਇਆ ਔਰ ਉਹਨਾਂ ਨੇ ਜਿਹੜੀ ਹੈ ਇੱਕ ਛੋਟੀ ਜਿਹੀ ਨਜ਼ਮ ਭੇਜੀ ਜਿਹੜੀ ਪ੍ਰਾਤਨ ਅੰਦਾਜ਼ ਦੇ ਵਿੱਚ ਜਿਵੇਂ ਪ੍ਰਾਚੀਨ ਪੰਥ ਪ੍ਰਕਾਸ਼ ਭਾਈ ਸੰਤੋਖ ਸਿੰਘ ਉਹਨਾਂ ਦੀਆਂ ਲਿਖਤਾਂ ਨੇ ਔਰ ਫਿਰ ਕਿਉਂਕਿ ਮੈਂ ਉਹਨਾਂ ਤੋਂ ਇੱਕ ਵਾਰ ਪਹਿਲਾਂ ਨਾਦਰ ਸ਼ਾਹ ਔਰ ਜ਼ਕਰੀਆ ਖਾਨ ਦਾ ਡਾਇਲੌਗ ਸੁਬੰਦੀ ਵੀ ਸੁਣਿਆ ਹੋਇਆ ਸੀ ਤੇ ਮੈਂ ਉਹਨਾਂ ਨੂੰ ਕਿਹਾ ਜੀ ਮੈਨੂੰ ਉਹ ਵੀ ਭੇਜੋ ਤੇ ਮੈਂ ਇਹੀ ਸਾਡੀ ਵੀ ਟ੍ਰਿਬਿਊਟ ਹੋਏਗੀ ਜੀ ਉਹਨਾਂ ਦੇ ਸਮੁੱਚੇ ਪਰਿਵਾਰ ਦੇ ਲਈ ਵੀ ਔਰ ਪੰਥਰ ਚੜ੍ਹਦੀ ਕਲਾ ਲਈ ਵੀ ਹਮ ਔਰ ਇਹ ਜਿਹੜੀ ਉਹਨਾਂ ਦੀ ਕਰੰਟ ਹੈ ਫਿਰ ਮੈਂ ਦੂਸਰੀ ਵੀ ਸ਼ੇਅਰ ਕਰ ਦਿਆਂ ਅੱਛਾ ਖੁਦਾ ਕਸਮ ਕਬ ਕੇ ਮਟ ਜਾਤੇ ਸਿੱਖ ਜੋ ਹੋਤੇ ਏਕ ਕਬੀਲਾ ਏਕ نسل ਜ਼ਾਤ ਇਕ ਵਸੀਲਾ ਇਕ ਦੇਸ਼ ਇਕ ਧਰਮ ਤੇ ਆਤੇ ਖੁਦਾ ਕਸਮ ਕਬ ਕੇ ਮਿਟ ਜਾਤੇ ਇਨ ਕੇ ਗੁਰ ਇਨ ਇਕ ਬਨਾਇਓ ਜ਼ਾਤ ਰੰਗ ਕੋ ਭੇਦ ਮਿਟਾਇਓ ਕਿ ਅਸੀਂ ਕਬੀਲਾ ਨਹੀਂ ਹੈ ਅਸੀਂ ਉਹ ਸਮਾਜ ਗੁਰੂ ਨੇ ਸਿਰਜਿਆ ਜਿੱਥੇ ਜ਼ਾਤ ਰੰਗ نسل ਜੈਂਡਰ ਉਸ ਦੇ ਭੇਦ ਖਤਮ ਕਰਕੇ ਇਨ ਕੇ ਗੁਰ ਇਨ ਇਕ ਬਨਾਇਓ ਜ਼ਾਤ ਰੰਗ ਕੋ ਭੇਦ ਮਿਟਾਇਓ ਗੁਰਬਾਣੀ ਕੇ ਲੜ ਜੇ ਨਾ ਲਾਤੇ ਖੁਦਾ ਕਸਮ ਕਬ ਕੇ ਮਿਟ ਜਾਤੇ ਮੁਗਲਨ ਬ੍ਰਾਹਮਣ ਜ਼ੋਰ ਲਗਾਇਓ ਮਾਰੋ ਸਿੱਖ ਇਨਾਮ ਅਲਾਇਓ ਐਲਾਨ ਕੀਤੇ ਕੇ ਮਾਰੋ ਸਖਾਂ ਨੂੰ ਇਨਾਮ ਪਾਓ ਇਨਾਮ ਪਾਓ ਮੁਗਲਨ ਬ੍ਰਾਹਮਣ ਜ਼ੋਰ ਲਗਾਇਓ ਮਾਰੋ ਸਿੱਖ ਇਨਾਮ ਅਲਾਇਓ ਘਰ ਕਾਟ ਛਾੜ ਨਾ ਬਨ ਬਨ ਜਾਤੇ ਖੁਦਾ ਕਸਮ ਕਬ ਕੇ ਮਟ ਜਾਤੇ ਕਿ ਤਿਆਗ ਕਰਕੇ ਛੱਡ ਕੇ ਸਿੱਖੀ ਦੇ ਲਈ ਜੰਗਲਾਂ ਦਾ ਮੂੰਹ ਰਾਹ ਚੁਣੇ ਜੀ ਇਹ ਵੀ ਸਿੱਖੀ ਖੂਬ ਨਭਾਈ ਕਟੇ ਆਪ ਮੀਤ ਸੁਤ ਪਾਈ ਮਾਤ ਪਿਤਾ ਭੈਣ ਸਿਰ ਨਾ ਲਗਾਤੇ ਖੁਦਾ ਕਸਮ ਕਬ ਕੇ ਮਟ ਜਾਤੇ ਕਿ ਭਾਈ ਅਕਾਲ ਪੁਰਖ ਨੇ ਗੁਰੂ ਨੇ ਤਾਂ ਰਹਿਮਤ ਕੀਤੀ ਕੀਤੀ ਪਰ ਸਿੱਖਾਂ ਨੇ ਵੀ ਜਿਹੜੀ ਹੈ ਉਹ ਸਿੱਖੀ ਨਭਾਈ ਹੈ ਆਪ ਵੀ ਦੋਸਤ ਵੀ ਪੁੱਤਰ ਵੀ ਭਰਾ ਵੀ ਮਾਤਾ ਪਿਤਾ ਭੈਣ ਸਭ ਨੇ ਆਪਣੇ ਸਿਰ ਲਗਾਏ ਨੇ ਔਰ 인 ਵੀ ਸਿੱਖੀ ਖੂਬ ਨਿਮਾਈ ਕਟੇ ਆਪ ਨੀਤ ਸੁਤਪਾਈ ਮਾਤ ਪਿਤਾ ਭੈਣ ਸਿਰ ਨਾ ਲਗਾਤੇ ਖੁਦਾ ਕਸਮ ਕਬ ਕੇ ਮਿਟ ਜਾਤੇ ਔਰ ਉਹਨਾਂ ਦੀ ਜਿਹੜੀ ਨਾਦਰ ਸ਼ਾਹ ਔਰ ਜ਼ਕਰੀਆ ਖਾਨ ਕਿਉਂਕਿ ਜਿਨ੍ਹਾਂ ਨੇ ਮਸਤਾਨੇ ਫਿਲਮ ਦੇਖੀ ਹੈ ਉਹ ਵੀ ਕਰੰਟਲੀ ਇਸ ਤੋਂ ਜਾਣੂ ਹੋਣਗੇ ਹਿਸਟਰੀ ਦਾ ਡਾਇਲੌਗ ਹੈ ਕਿ ਵੀ ਨਾਦਰ ਸ਼ਾਹ ਜਿਹੜਾ ਦਿੱਲੀ ਨੂੰ ਲੁੱਟ ਕੇ ਜਾ ਰਿਹਾ ਔਰ ਅੱਜ ਵੀ ਜਦੋਂ ਕਿਸੇ ਵਾਰਸ਼ ਲੁੱਟ ਕਹਿਣਾ ਹੋਵੇ ਤੇ ਨਾਦਰ ਸ਼ਾਹ ਹੀ ਲੁੱਟ ਕਹਿਣਾ ਹੈ ਦਿੱਲੀ ਦੀ ਔਰ ਜਦੋਂ ਉਹਨੇ ਪੰਜਾਬ ਦੇ ਦਰਿਆ ਕ੍ਰੋਸ ਕੀਤੇ ਸਤਲੁਜ ਕ੍ਰੋਸ ਕੀਤਾ ਫਿਰ ਰਾਵੀ ਤੇ ਚਨਾਬ ਜੇਲਮ ਤੱਕ ਪਹੁੰਚਦੇ ਆ ਜੋ ਲੁੱਟਦਾ ਮਾਲ ਸੀ ਸਿੰਘਾਂ ਦੇ ਦਸਤਿਆਂ ਨੇ ਅੱਧੀ ਅੱਧੀ ਰਾਤ ਤਾਵੇ ਬੋਲ ਕੇ ਨਾਲੇ ਉਹ ਮਾਲ ਲੁੱਟਿਆ ਫਿਰ ਜੋ ਬੱਚਿਆਂ ਜਿਨ੍ਹਾਂ ਨੂੰ ਗੁਲਾਮ ਬਣਾ ਕੇ ਬਾਂਦੀਆਂ ਬਣਾ ਕੇ ਲਾ ਜਾ ਰਿਆ ਸੀ ਉਹਨਾਂ ਨੂੰ ਛੁਡਾਇਆ ਇਹ ਪੀਰੀਅਡ ਜਿਹੜਾ ਸਰ ਜਸਾ ਸਿੰਘ ਆਲੂਵਾਲੀਆ ਦਾ ਨਵਾਬ ਕਪੂਰ ਸਿੰਘ ਦਾ ਇਹੋ ਸਾਰੇ ਪੀਰੀਅਡ ਨੇ ਹਾਲਾਂ ਸਰ ਜਸਾ ਸਿੰਘ ਆਲੂਵਾਲੀਆ ਉਸ ਵੇੜੇ ਉਹਨਾਂ ਦੀ ਜਿਹੜੀ ਹੈ ਦੇਖਰੇਖ ਚ ਪਰਵਸ਼ ਪਾਰ ਰਹੀ ਸੀ ਔਰ ਇਹ ਜਿਹੜਾ 18 1739 ਦੇ ਵਿੱਚ ਨਾਦਰ ਸ਼ਾਹ ਦਾ ਹਮਲਾ ਹੁੰਦਾ ਨਵਾਬ ਕਪੂਰ ਸਿੰਘ ਸਿੱਖਾਂ ਦੇ ਜਥੇਦਾਰ ਸੀ ਜਿਨ੍ਹਾਂ ਨੇ ਇਹ ਆਵਾਜ਼ ਦਿੱਤੀ ਕਿ ਲੋਕੋ ਲੋਪਚਾਰ ਚ ਫੇਰੇ ਦੁਹਾਈ ਮਚੀ ਹੋਈ ਸੀ ਨਾਦਰ ਆਇਆ ਨਾਦਰ ਆਇਆ ਉਹਨਾਂ ਨੇ ਕਿਹਾ ਕੀ ਹੋਇਆ ਜੇ ਨਾਦਰ ਆਇਆ ਜਦੋਂ ਕਿ ਕਾਦਰ ਮੌਜੂਦ ਹੈ ਕਾਦਰ ਵਾਇਗਰੂ ਹੈ ਭਈ ਅਸੀਂ ਔਰ ਉਹ ਜਦੋਂ ਉਹਨੂੰ ਨਾਦਰ ਸ਼ਾਹ ਦੇ ਜਿਹੜਾ ਜ਼ਕਰੀਆ ਖਾਨ ਪਹਿਲਾਂ ਤਾਂ ਮੁਗਲਾਂ ਦਾ ਹੀ ਥਾਪਿਆ ਗਵਰਨਰ ਸੀ ਉਹ ਰਲ ਗਿਆ ਸੀ ਆਦਰ ਸ਼ਾਹ ਦੇ ਨਾਲ ਹੀ ਉਹ ਡਾਇਲੌਗ ਹੈ ਫਾਰਸੀ ਦੇ ਵਿੱਚ ਉਹ ਕਹਿੰਦਾ ਵੀ ਇਹ ਕੌਣ ਨੇ ਜਿਨ੍ਹਾਂ ਨੇ ਮੈਨੂੰ ਲੁੱਟਣ ਦੀ ਵੀ ਹਿੰਮਤ ਕੀਤੀ ਹੈ ਤੇ ਉਹਨਾਂ ਨੇ ਕਿਹਾ ਜੀ ਗੁਰੂ ਨਾਨਕ ਸਾਹਿਬ ਫਕੀਰ ਜਿਹੜੇ ਨੇ ਉਹਨਾਂ ਦੇ ਮੁਰੀਦ ਨੇ ਹੂੰ ਤੇ ਉਹਨਾਂ ਨੇ ਕਿਹਾ ਕਿ ਵੀ ਇਹ ਕੀ ਹੈ ਇਹ ਕੌਣ ਨੇ ਇਹਨਾਂ ਦਾ ਕਿੱਥੇ ਟਿਕਾਣੇ ਨੇ ਹੂੰ ਉਹਨੇ ਕਿਹਾ ਜੀ ਇਹਨਾਂ ਦੇ ਟਿਕਾਣੇ ਘੋੜੀਆਂ ਦੀਆਂ ਕਾਠੀਆਂ ਜ਼ੀਨ ਘੋੜਿਆਂ ਦੀ ਜ਼ੀਨ ਪਿੱਠ ਦੇ ਉੱਤੇ ਘੋੜਿਆਂ ਦੀਆਂ ਕਾਠੀ ਹੂੰ ਤੋਂ ਉਹਨੇ ਕਿਹਾ ਜੀ ਰਹਿੰਦੇ ਕਿੱਥੇ ਨੇ ਉੱਥੇ ਹੀ ਕਹਿੰਦਾ ਰਹਿੰਦੇ ਨੇ ਘੋੜਿਆਂ ਦੀਆਂ ਕਾਠੀਆਂ ਤੇ ਹਾਂ ਇਹਨਾਂ ਦੇ ਗੁਰੂ ਨੇ ਇੱਕ ਸਰੋਵਰ ਬਣਾਇਆ ਹੋਇਆ ਹੈ ਉਹਨਾਂ ਨੂੰ ਉਹਨੇ ਬਥੇਰੇ ਮਾਰਿਆ ਕੱਟਿਆ ਇਹਨਾਂ ਦੀਆਂ ਨਸਲ ਕੁਸ਼ੀਆਂ ਕੀਤੀਆਂ ਨੇ ਪਰ ਇਹ ਫਿਰ ਉਹਦੇ ਚ ਚੁੱਬੀ ਮਾਰਦੇ ਨੇ ਨਿਕਲ ਕੇ ਫਿਰ ਤਾਕਬਰ ਹੋ ਕੇ ਨਿਕਲਦੇ ਨੇ ਪਰ ਉਹ ਜਦੋਂ ਸਾਰਾ ਸੁਣ ਰਿਹਾ ਡਾਇਲੋਗ ਤਾਂ ਆਦਰ ਸ਼ਾਹ ਨੂੰ ਕਹਿੰਦਾ ਕਿ ਵੀ ਖਬਰਦਾਰ ਇਨਾ ਚੋ ਹਕੂਮਤ ਦੀ ਬੂ ਆਂਦੀ ਹੈ ਕਿ ਇੱਕ ਦਿਨ ਇਸ ਧਰਤੀ ਦੇ ਰਾਜੇ ਬਣ ਸਕਦੇ ਨੇ ਸੋ ਉਸ ਨੂੰ ਪਏ ਗੁਰਦਰਸ਼ਨ ਸਿੰਘ ਰਾਨੇ ਨਜ਼ਮ ਦੇ ਵਿੱਚ ਬਨੇ ਜੀ ਤੇ ਉਹਨਾਂ ਨੇ ਇਹ ਕਿਹਾ ਕਿ ਵੀ ਨਾਦਰ ਸ਼ਾਹ ਦਾ ਸਵਾਲ ਹੈ ਕੌਣ ਹੈ ਇਹ ਕੀ ਰੱਖੇ ਇਮਾਨ रहें कहाँ क्या है गुजरान कि भी ये कौन ने कौन है ये क्या रखें ईमान रहें कहाँ क्या है गुजरान तो जकरिया खान है सिख कहाँ गुर के सारे हिंदू अरे ते न्यारे रात कहीं दिन कटत कहीं हैं राज करेंगे रटत रहे हैं कि रात कितने गुजारे ने दिन कितने गुजारते हैं ਪਰ ਇਸ ਗੱਲ ਦੀ ਰੱਟਾ ਨਾ ਕੇ ਰੱਖਿਆ ਇਹਨਾਂ ਨੇ ਕਿ ਵੀ ਅਸੀਂ ਰਾਜ ਕਰਨਾ ਹੈ ਜੀ ਹੁ ਨਾਦਰ ਸ਼ਾਹ ਨੂੰ ਕਹਿੰਦਾ ਮਾਰੋ ਇਹਨਾਂ ਤੁਮ ਧੀਰ ਨਾ ਲਾਵੋ ਢੀਲ ਕਰੋ ਫਿਰ ਪਛੋਤਾਵੋ ਮਾਰੇ ਬਹੁਤ ਉਹਨੋਂ ਨਾਦਰ ਸ਼ਾਹ ਕਹਿੰਦਾ ਮਾਰੋ ਇਹਨਾਂ ਨੂੰ ਏਦਾਂ ਦੇ ਨੂੰ ਤਾਂ ਰਹਿਣ ਹੀ ਨਾ ਦਿਓ ਉਹ ਕਹਿੰਦਾ ਮਾਰੇ ਬਹੁਤ ਪਰ ਮਰਤੇ ਨਹੀਂ ਜਿਉਂ ਮਾਰੇ ਹਨ ਤਿਉਂ ਵੱਧਤੇ ਜਾਹੀਂ ਇਤਨੀ ਸਖਤ ਕਹਾਂ ਤੇ ਲਿਆਵੇਂ ਮਰਨ ਮਾਰਨ ਨੇ ਡਰ ਪਾਵੇਂ ਕਿ ਕਿੱਥੋਂ ਲਿਆਦੇ ਨੇ ਇਨੀ ਤਾਕਤ ਮਰਨ ਮਾਰਨ ਤੋਂ ਡਰਦੇ ਹੀ ਨਹੀਂ ਐ ਮੁਖਤੇ ਉਹ ਅਗੋ ਜਵਾਬ ਦਿੰਦਾ ਮੁਖਤੇ ਗਾਵੇਂ ਗੁਰ ਕੀ ਬਾਣੀ ਪੀਵੇਂ ਹਰ ਮੰਦਰ ਸਰ ਪਾਣੀ ਕਿ ਭਈ ਇਹ ਗੁਰੂ ਦੀ ਬਾਣੀ ਗਾਉਂਦੇ ਰਹਿੰਦੇ ਨੇ ਤਾਂ ਹਰ ਮੰਦਰ ਦੇ ਸਰੋਵਰ ਚ ਜਾ ਕੇ ਉਹਦਾ ਪਾਣੀ ਪੀਂਦੇ ਨੇ ਉਹਦੇ ਚ ਜਿਹੜਾ ਉਹ ਇਸ਼ਨਾਨ ਕਰਦੇ ਨੇ ਮੁਖਤੇ ਗਾਵੇਂ ਗੁਰ ਕੀ ਬਾਣੀ ਪੀਵੇਂ ਹਰ ਮੰਦਰ ਸਰ ਪਾਣੀ ਸੁਣ ਨਾਦਰ ਸੋਚਿਓ ਮਨ ਮਾਹੀ ਬਾਣੀ ਪਾਣੀ ਦੋਨੋ ਮਿਟਾਹੇ ਜੇ ਬਾਣੀ ਵੀ ਖਤਮ ਕਰੋ ਤੇ ਪਾਣੀ ਵੀ ਖਤਮ ਕਰੋ ਜੋ ਜਦੋਂ ਦਰਬਾਰ ਸਾਹਿਬ ਤੇ ਰਿਪੀਟਡ ਹਮਰਿਆਂ ਦੀ ਅਸੀਂ ਗੱਲ ਕਰਦੇ ਤੇ ਉਸ ਦੀ ਉਦਾ ਪਿਛੋਕੜੇ ਹੁੰਦਾ ਸੁਣ ਨਾਦਰ ਸੋਚਿਓ ਮਨ ਮਾਹੇ ਬਾਣੀ ਪਾਣੀ ਦੋਨੋ ਮਿਟਾਹੇ ਨਾ ਰਹੇ ਪਾਣੀ ਨਾ ਰਹੇ ਬਾਣੀ ਸਿੱਖ ਸਿੱਖੀ ਆਪੇ ਮਿਟ ਜਾਣੀ ਦੇਖੋ ਪੂਰੀਓ ਸਰੋਵਰ ਗੰਧ ਪਵਾਇਓ ਹੁਣ ਨਾਦਰ ਸ਼ਾਹ ਦਾ ਚਲਾ ਗਿਆ ਉਹ ਮੁੜ ਕੇ ਆਣ ਦਾ ਮੌਕਾ ਨਹੀਂ ਮਿਲਿਆ ਉਹਦਾ ਮੁੜ ਕੇ ਮਰਡਰ ਹੋ ਗਿਆ ਔਰ ਉਸ ਦਿਨ ਆੜ ਆਇਆ ਜਿਹੜਾ ਅਹਿਮਦ ਸ਼ਾਹ ਅਬਦਾਲੀ ਸੀ ਬਾਅਦ ਉਹਨੇ ਹਮਲੇ ਕੀਤੇ ਲੇਕਿਨ ਇਹ ਜਿਹੜੀ ਗੱਲ ਸੀ ਇਹ ਫਿਰ ਅਬਦਾਲੀ ਨੇ ਵੀ ਹਰਮੰਦਰ ਸਾਹਿਬ ਟਾਇਆ ਔਰ ਹਜ਼ਾਰਾਂ ਪਸ਼ੂ ਮਾਰ ਕੇ ਸਰੋਵਰ ਨੂੰ ਪੂਰਿਆ ਫਿਰ ਉਹਦੇ ਪੁੱਤਰ ਨੇ ਵੀ ਤैमूर ਨੇ ਵੀ ਜਹਾਂ ਕਿਉਂਕਿ ਇਹ ਇੱਕ ਦਿਨ ਦੀ ਕਹਾਣੀ ਨਹੀਂ ਜਦੋਂ ਅਸੀਂ ਇਹ ਜੂਨ 84 ਦੀ ਗੱਲ ਕਰਦੇ ਆਂ ਫਿਰ ਦੇਖਣਾ ਉਹਨਾਂ ਨੂੰ ਵੀ ਇਹ ਅਹਿਸਾਸ ਹੋ ਗਿਆ ਵੀ ਇੱਥੇ ਇਹਨਾਂ ਦੀ ਤਾਕਤ ਨਹੀਂ ਕਰਦੀ ਹੈ ਇਹਨੂੰ ਫਿਨਿਸ਼ ਕਰ ਦਿਓ ਔਰ ਉਹਨਾਂ ਨੇ ਕਿਹਾ ਕਿ ਭਈ ਨਾ ਰਹੇ ਪਾਣੀ ਨਾ ਰਹੇ ਬਾਣੀ ਸਿੱਖ ਸਿੱਖੀ ਆਪੇ ਮਿਟ ਜਾਣੀ ਪੂਰਿਓ ਸਰੋਵਰ ਗੰਧ ਪਵਾਇਓ ਗੁਰੂ ਗ੍ਰੰਥ ਕੋ ਆਗ ਲਗਾਇਓ ਨਾਦਰ ਸੋਚਿਓ ਇਉ ਸਿੱਖ ਮਰ ਜੈ ਹੈ ਨਾ ਜਾਣਤ ਹੋ ਰਹੇ ਰਹਾ ਹੈ ਸ਼ਬਦ ਸੁਰਤ ਅੰਮ੍ਰਿਤ ਰਦਮਾਹੇ ਸਿੱਖ ਸਿੱਖੀ ਨਹਿ ਮੀਟੀ ਜਾਹੇ ਜਬ ਲੋ ਚੰਦ ਸੂਰਜ ਔਰ ਤਾਰੇ ਤਬ ਲਗ ਰਹੇ ਸਿੱਖ ਗੁਰੂ ਸਵਾਰੇ ਸ਼ਬਦ ਸੁਰਤ ਅੰਮ੍ਰਿਤ ਰਦਮਾਹੇ ਕਿ ਜਦੋਂ ਤੱਕ ਸੁਰਤ ਸ਼ਬਦ ਦੇ ਵਿੱਚ ਹੈ ਔਰ ਨਾਮ ਦਾ ਅੰਮ੍ਰਿਤ ਅੰਦਰ ਹੈ ਸਿੱਖ ਸਿੱਖੀ ਨਹਿ ਮੀਟੀ ਜਾਹੇ ਇਹ ਨਹੀਂ ਮਿਟ ਸਕਦੀ ਜਬ ਲੋ ਚੰਦ ਸੂਰਜ ਔਰ ਤਾਰੇ ਤਬ ਲਗ ਰਹੇ ਸਿੱਖ ਗੁਰੂ ਸਵਾਰੇ ਸੋਸੀਂ ਭਾਈ ਸਾਹਿਬ ਦੇ ਸਮੁੱਚੇ ਪਰਿਵਾਰ ਦਾ ਖਾਸ ਤੌਰ ਤੇ ਬਾਪੂ ਜੀ ਔਰ ਸੁਖਦੇਵ ਸਿੰਘ ਉਹਨਾਂ ਸਭ ਦਾ ਸ਼ੁਕਰੀਆ ਅਦਾ ਕਰਦੇ ਹੁਣ ਜਿਹੜਾ ਅੱਜ ਟੌਪਿਕ ਸਾਡਾ ਲੀਡ ਟੌਪਿਕ ਹੈ ਕੱਲ ਦੇ ਪ੍ਰੋਗਰਾਮ ਦੇ ਵਿੱਚ ਵੀ ਸਾਡਾ ਲੀਡ ਟੌਪਿਕ ਸੀ ਪਰ ਅੱਜ ਇਵੇਂ ਜਾਪਦਾ ਜਾਪੇਗਾ ਕਈਆਂ ਨੂੰ ਕਿ ਸ਼ਾਇਦ ਜਨਾ ਜਿਹੜੇ 27 ਤੌਰ ਦੇ ਉੱਤੇ ਸਰਫੇਸ ਦੇ ਉੱਤੇ ਹੀ ਖਬਰਾਂ ਪੜ੍ਹਦੇ ਨੇ ਕਿ ਜੀ ਇਹ ਤਾਂ ਸੇਮ ਹੀ ਹੈ ਪੂਰਾ ਨਹੀਂ ਪੂਰਾ 180 ਡਿਗਰੀ ਦਾ ਜਿਹੜਾ ਘੁੰਮ ਗਿਆ ਉਹ ਇਵੇਂ ਨਹੀਂ ਹੈ ਕੱਲ ਵੀ ਅਸੀਂ ਜਿਨ੍ਹਾਂ ਨੇ ਇਸ ਗੱਲ ਦੇ ਉੱਤੇ ਬੜੇ ਜਿਹੜੇ ਕਰ ਰਹੇ ਸੀ ਕਿ ਜੀ ਅਮਰੀਕਾ ਨੇ 3 ਬਿਲੀਅਨ ਡਾਲਰ ਦੀ ਡੀਲ ਜਿਹੜੀ ਹੈ ਉਹ ਬਸ ਹੋ ਗਿਆ ਖਤਮ ਕੱਲ ਵੀ ਜੇ ਸਾਡੇ ਕੱਲ ਦੇ ਪ੍ਰੋਗਰਾਮ ਨੂੰ ਕੋਈ ਧਿਆਨ ਨਾਲ ਸੁਣੇ ਤੇ ਅਸੀਂ ਇਹ ਦੱਸਿਆ ਸੀ ਕਿ ਨਹੀਂ ਰਿਪੋਰਟ ਇਹ ਹੈ ਦਾ ਪ੍ਰਿੰਟ ਨੇ ਇਹ ਰਿਪੋਰਟ ਕੀਤਾ ਤੇ ਐਮਬੈਸੀ ਨੇ ਵੀ ਪੁੱਛਾ ਪਾਚੀ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਐਮਬੈਸੀ ਦੀ ਖਬਰ ਚੋਂ ਇਹ ਜ਼ਰੂਰ ਲੱਗਦਾ ਸੀ ਕਿ ਬਾਈਡਨ ਗਵਰਨਮੈਂਟ ਕੰਟੀਨਿਊਸ ਟੂ ਡਿਸਕਸ ਡਰੋਨ ਡੀਲ ਵਿਦ ਯੂਐਸ ਕਾਂਗਰਸ ਇਸ ਅਮਰੀਕਨ ਐਂਬੈਸੀ ਇਨ ਇੰਡੀਆ ਕਿ ਵੀ ਗੱਲਬਾਤ ਜਾਰੀ ਹੈ ਜਾਰੀ ਔਰ ਅਸੀਂ ਇਹ ਕਹਿ ਸੀ ਕਿ ਵੀ ਜੇ ਇਸ ਸਾਰੇ ਦੇ ਉੱਤੇ ਜਿਹੜਾ ਉਹ ਪਹਿਲੀ ਸਟੇਜ ਦੇ ਉੱਤੇ ਹੀ ਸਟੇਟ ਡਿਪਾਰਟਮੈਂਟ ਰੋਕ ਲਾ ਦਿੰਦਾ ਤੇ ਫਿਰ ਇਹ ਗੱਲ ਇਕਨੋਮਿਕਲ ਸੈਂਕਸ਼ਨਸ ਵੱਲ ਵੀ ਵੱਧ ਸਕਦੀ ਹੈ ਆਣ ਵਾਲੇ ਪੀਰੀਅਡਸ ਆਰਥਿਕ ਪਾਬੰਦੀਆਂ ਉਸ ਤੇ ਉੱਤੇ ਸਾਡਾ ਸਵਾਲੀਆ ਨਿਸ਼ਾਨ ਸੀ ਪਰ ਦੂਸਰੇ ਪਾਸੇ ਅਸੀਂ ਇਹ ਵੀ ਮੈਂਸ਼ਨ ਕੀਤਾ ਸੀ ਕਿਉਂਕਿ ਪ੍ਰਿੰਟ ਤੋਂ ਬਾਅਦ ਆ ਹਿੰਦੂ ਦਾ ਵੀ ਸੀ ਔਰ ਅੱਜ ਈਵਨ ਟ੍ਰਿਬਿਊਨ ਨੇ ਵੀ ਉਸ ਕੱਲ ਵਾਲੀ ਖਬਰ ਨੂੰ ਜਿਹੜੀ ਮੋਸਟ ਰੈਡ ਨਿਊਜ਼ ਨੇ ਉਹਨਾਂ ਨੇ ਹੈਡਿੰਗ ਦਿੱਤਾ ਸੀ ਯੂ ਐਸ ਕਾਂਗਰਸ ਪੁਟਸ ਸਪੈਨਰ ਇਨ ਆਰਮਜ਼ ਡੀਲਸ ਓਵਰ ਗੁਰਪਤਵਾਨ ਸਿੰਘ ਪੰਨੂਰੋ ਕਿ ਭਈ ਮੰਕੀ ਰੈਂਚ ਸੁੱਟ ਦਿੱਤਾ ਉਹਨਾਂ ਨੇ ਯੂ ਐਸ ਕਾਂਗਰਸ ਨੇ ਸੋ ਇਹ ਕਨਫਰਮਡ ਹੀ ਸੀ ਕਿ ਇਹਵੇਂ ਚੱਲ ਰਿਹਾ ਪਰ ਅੱਜ ਦੀ ਖਬਰ ਜਦੋਂ ਇਹ ਆਂਦੀ ਹੈ ਕਿ ਯੂ ਐਸ ਸਟੇਟ ਡਿਪਾਰਟਮੈਂਟ ਅਪਰੂਵਸ ਸੇਲ ਆਫ 31 ਆਰਮਡ ਡਰੋਨਸ ਟੂ ਇੰਡੀਆ ਕਿ ਜੀ ਯੂ ਐਸ ਸਟੇਟ ਡਿਪਾਰਟਮੈਂਟ ਨੇ ਅਪਰੂਵ ਕਰ ਦਿੱਤੀ ਹੈ ਕਿਉਂਕਿ ਕੱਲ ਤੱਕ 3 ਬਿਲੀਅਨ ਡਾਲਰ ਦਾ ਜ਼ਿਕਰ ਹੋ ਰਿਹਾ ਸੀ ਅੱਜ ਇਸ ਨੂੰ ਜਿਹੜਾ ਉਹ 3.99 ਬਿਲੀਅਨ ਇਵੇਂ ਹੀ ਹੈ ਜਿਵੇਂ 199 ਦੇ ਕਿਹਾ 2 ਡਾਲਰ ਹੁੰਦੀ ਹੈ ਜਿੰਨਾਂ ਸੋ ਮਤਲਬ ਇੱਕ ਤਾਂ 1 ਬਿਲੀਅਨ ਡਾਲਰ ਵਧਾਤਾ ਇਹਦਾ ਮਤਲਬ ਭਾ ਵਧਾਤਾ ਉਹ ਬਿਲੀਅਨ ਹੋਰ ਤੋਂ ਹਾਂਜੀ ਨਹੀਂ ਔਰ ਉਹਨਾਂ ਨੇ ਕਿਹਾ ਜੀ ਸਟੇਟ ਡਿਪਾਰਟਮੈਂਟ ਨੇ ਓਕੇ ਕਰਤਾ ਔਰ ਅਸੀਂ ਕੱਲ ਵੀ ਕਿਹਾ ਸੀ ਕਿ ਵੀ ਇਹ ਜਿਹੜੀਆਂ ਦੋਨੋਂ ਕਮੇਟੀਆਂ ਨੇ ਫੋਰਨ ਰਿਲੇਸ਼ਨਸ ਕਮੇਟੀ ਸੈਨੇਟ ਦੀ ਔਰ ਕਾਂਗਰਸ ਦੀ ਉਹਨਾਂ ਨੇ ਪਿਛਲੇ 2 ਮਹੀਨਿਆਂ ਦੇ ਵਿੱਚ ਨਵੰਬਰ ਤੋਂ ਬਾਅਦ ਦਸੰਬਰ ਜਨਵਰੀ ਚ ਜਿਹੜੀਆਂ ਨੇ ਸਪੈਸ਼ਲ ਹੀアリングਸ ਕੀਤੀਆਂ ਨੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ ਔਰ ਜਿਵੇਂ ਕ੍ਰਿਸ ਹਾਲਨ ਸੈਨੀਟਰ ਔਰ ਦੂਸਰੇ ਜਿਨ੍ਹਾਂ ਨੇ ਇੰਡੀਆ ਨੂੰ ਚੰਗੀ ਤਰ੍ਹਾਂ ਭੰਨਿਆ ਸੀ ਕਿ ਭਈ ਉਹ ਜੇ ਇਸ ਦੇ ਉੱਤੇ ਕੋਈ ਸਟੈਂਡ ਲੈਂਦੇ ਨੇ ਆਣ ਵਾਲੇ ਪੀਰੀਅਡ ਦੇ ਵਿੱਚ ਤੇ ਇਹ ਜਿਹੜੀ ਹੈ ਡੀਲ ਵਕਤੀ ਤੌਰ ਦੇ ਉੱਤੇ ਰੁਕ ਵੀ ਸਕਦੀ ਹੈ ਜਦੋਂ ਅਸੀਂ ਵਕਤੀ ਤੌਰ ਤੇ ਕਿਹਾ ਇਸ ਗੱਲ ਦਾ ਧਿਆਨ ਰੱਖਿਆ ਕਿ ਇਹ ਕੋਈ ਗੋਭੀ ਆਲੂ ਨਹੀਂ ਅਮਰੀਕਾ ਵਾਲੇ ਵੇਚ ਰਹੇ 4 ਬਿਲੀਅਨ ਡਾਲਰ ਦੇ ਟੈਕਨੀਕਲ ਤਾਂ ਹੈ ਹੀ ਹੈ ਪਰ ਇਹ ਅਮਰੀਕਨ ডিফেন্স ਇੰਟਰਸਟ ਦੇ ਵਿੱਚ ਵੀ ਹੈ ਕਿਉਂਕਿ ਡਰੋਨ ਜਾਂ ਦੂਜੇ ਤਾਂ ਉਹਨਾਂ ਕੋਲ ਹੋਣਗੇ ਹੁਣ ਜਿਵੇਂ F16 ਨੇ ਜਾਂ ਦੂਸਰੇ ਜਹਾਜ਼ ਜਾਂਦੇ ਨੇ ਉਹਨਾਂ ਸਾਰਿਆਂ ਦੇ ਵਿੱਚ ਹੀ ਜਿਹੜੀ ਹੁਣ ਇਹ ਤਾਂ ਹੈ ਹੀ ਡਰੋਨ ਪਰਟੀਕੂਲਰਲੀ ਇੰਟੈਲੀਜੈਂਸ ਗੈਦਰਿੰਗ ਲਈ ਵੀ ਨੇ ਔਰ ਦੂਜੇ ਨੇ ਔਰ ਇਹ ਜਿਹੜਾ ਜੁਆਇੰਟ ਲੌਜਿਸਟਿਕ ਹੈ ਉਹਨਾਂ ਦਾ ਇਹ ਅਮਰੀਕਾ ਦੇ ਕੋਲ ਹੀ ਆਣਾ ਹੈ ਜਿਹੜਾ ਡਾਟਾ ਉਹਨਾਂ ਦੇ ਡਰੋਨ ਉੱਥੇ ਭਾਵੇਂ ਉੱਡਦੇ ਰਹਿਣ ਅਲਟੀਮੇਟਲੀ ਇਹੀ ਹੋਣਾ ਸੋ ਇੱਕ ਪਾਸੇ ਹੁੰਦਾ 4 ਬਿਲੀਅਨ ਡਾਲਰ ਦੀ ਡੀਲ ਦੀ ਗੱਲ ਹੋ ਗਈ ਲੇਕਨ ਇਸ ਦੇ ਨਾਲ ਨਾਲ ਇਹ ਵੀ ਦੇਖਣ ਵਾਲੀ ਗੱਲ ਹੈ ਕਿ ਬਈ ਅਜੇ ਇਹ ਯੂਐਸ ਕਾਂਗਰਸ ਤੇ ਕੋਨਸਟੇਟ ਡਿਪਾਰਟਮੈਂਟ ਨੇ ਓਕੇ ਕੀਤਾ 30 ਦਿਨ ਦਾ ਟਾਈਮ ਯੂਐਸ ਕਾਂਗਰਸ ਦੇ ਕੋਲ ਹੈ ਉਹਨਾਂ ਦੇ ਜਿਹੜੀ ਹੈ ਉਹ ਸਾਰੇ ਚੋ ਵੀ ਨਿਕਲੇਗਾ ਜਿਹਦੀ ਔਰ ਫਿਰ ਫੁੱਲ ਕਾਂਗਰਸ ਵੀ ਜਾ ਸਕਦਾ ਹੈ ਜੇ ਉਹ ਕਰਨ ਹਾਲਾਂਕਿ ਕੁਆਇਟ ਪੋਸੀਬਿਲਟੀ ਹੈ ਇਹਦੀ ਕਿ ਇਹ ਡੀਲ ਥਰੂ ਹੋ ਜਾਏਗੀ ਕਿਉਂਕਿ ਅਮਰੀਕਾ ਦਾ ਫਾਈਨੈਂਸ਼ੀਅਲ ਇੰਟਰਸਟ ਦੇ ਨਾਲ ਨਾਲ ਜਿਹੜਾ ਅਲਟੀਮੇਟ ਪਾਰਟ ਹੈ ਕਿਉਂਕਿ ਜਿਹੜਾ ਜਿਹੜਾ ਇੰਡੀਆ ਨੂੰ ਉਹਨਾਂ ਨੇ ਇੰਟਾਈ ਚਾਈਨਾ ਬੁਲਵੌਕ ਦੇ ਤੌਰ ਤੇ ਡਿਵੈਲਪ ਕਰਨਾ ਸ਼ੁਰੂ ਕੀਤਾ ਸੀ ਉਹ ਰੋਲ ਤਾਂ ਹੈ ਹੀ ਹੈ ਔਰ ਇਹ ਵੀ ਹੋ ਸਕਦਾ ਹੈ ਕਿ ਅੰਦਰੂਨੀ ਤੌਰ ਤੇ ਇੰਡੀਆ ਨੇ ਜਿਹੜਾ ਉਹ ਜੋ ਟ੍ਰਾਂਸਨੈਸ਼ਨਲ ਡਿਪਰੈਸ਼ਨ ਦੇ ਥੱਲੇ ਅਮਰੀਕਾ ਚਾਹੁੰਦਾ ਉਸ ਕਿਸਮ ਦੀਆਂ ਜੜੀਆਂ ਨੇ ਉਹ ਕਮਿਟਮੈਂਟਸ ਜਾਂ ਉਸ ਕਿਸਮ ਦਾ ਸਪਲੀਕੈਂਟ ਐਟੀਟਿਊਡ ਉਹ ਅਪਲਾਈ ਜਿਹੜਾ ਹੈ ਉਹ ਪਨਾਇਆ ਹੋਏ ਹੁਣ ਈਵਨ ਇਸ ਖਬਰ ਨੂੰ ਵੀ ਜਦੋਂ ਅਸੀਂ ਦੇਖਦੇ ਆ ਕਿ ਵੀ ਇਹ ਬਾਈਡਨ ਐਡਮਿਨਿਸਟ੍ਰੇਸ਼ਨ ਫਾਰਮਲੀ ਨੋਟੀਫਾਈਜ਼ ਯੂਐਸ ਕਾਂਗਰਸ ਹਮ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਅਪਰੂਵ ਕਰਕੇ ਕਾਂਗਰਸ ਦੇ ਕੋਲ ਭੇਜਿਆ ਪੋਸੀਬਲ 31 एमक्यू 9ਬੀ ਯੂਏਵੀ ਸੀਐਲ ਟੂ ਇੰਡੀਆ ਔਰ ਇਹ ਜਿਹੜੀ ਹੈ ਕਿਉਂਕਿ ਜੂਨ 2023 ਦੇ ਵਿੱਚ ਇਹ ਡੀਲ ਅਨਾਉਂਸ ਹੋਈ ਸੀ ਔਰ ਹੁਣ ਇਹ ਉਹਨਾਂ ਨੇ ਫਾਰਮਲੀ ਕਾਂਗਰਸ ਨੂੰ ਭੇਜੀ ਅੱਜ ਪਹਿਲੀ ਫਰਵਰੀ ਹੈ ਅੱਜ ਹੀ ਭੇਜੀ ਗਈ ਹੈ ਔਰ ਇਹ 3.99 ਬਿਲੀਅਨ ਹੋ ਗਿਆ 1 ਬਿਲੀਅਨ ਤਾਂ ਵੱਧ ਗਿਆ 24 ਘੰਟੇ ਔਰ ਹੁਣ ਇਹ ਜਿਹੜਾ ਹੈ ਦਾ ਸਟੇਟ ਡਿਪਾਰਟਮੈਂਟ ਹੈਜ਼ ਮੇਡ ਅ ਡਿਟਰਮੀਨੇਸ਼ਨ ਅਪਰੂਵਿੰਗ ਅ ਪੋਸੀਬਲ ਫੋਰਨ ਮਿਲਟਰੀ ਸੇਲ ਟੂ ਦਾ ਗਵਰਨਮੈਂਟ ਆਫ ਇੰਡੀਆ ਆਫ ਐਮਕਿਊ 9 ਬੀ ਰਿਮੋਟਲੀ ਪਾਇਲਟਡ 에ਅਰਕ੍ਰਾਫਟ ਐਂਡ ਰਿਲੇਟਡ ਇਕਵਿਪਮੈਂਟ for an estimated cost of 3.99 billion dollars hmm. the defense security corporation agency delivered the required certification notifying congress of this possible sale today hmm. so unna ne okay certificate ditta jehdi unna di de defense security corporation agency hai aur hun congress de ko jada 30 din de vich oh nu review karnge aur us review to baad ਫਿਰ ਜਿਹੜਾ ਉਹ ਲੈਟਰ ਆਫ ਆਫਰ ਐਂਡ ਐਕਸੈਪਟੈਂਸ ਦਾ ইস্যੂ ਹੋਏਗਾ ਔਰ ਫਿਰ ਇਹ ਕਨਕਲੂਡ ਹੋਏਗਾ ਔਰ ਇਵਨ ਇਹ ਕਨਕਲੂਡ ਹੋਣ ਤੋਂ ਬਾਅਦ ਇਹ ਨਹੀਂ ਹੈ ਜੀ ਇਹ ਹੋ ਗਿਆ ਤਾਂ ਪਰਸੋਂ ਨੂੰ ਡਰੋਨ ਉੱਤੇ ਪਹੁੰਚ ਜਾਣਗੇ ਹਮ ਡਿਲੀਵਰੀ ਅਗਲੇ 3 ਸਾਲ ਚ ਹੋਏਗੀ 3 ਇਅਰਸ ਡਾਊਨ ਦਾ ਰੋਡ ਇਹਦਾ ਮਤਲਬ ਇਹ ਹੈ ਕਿ ਵੀ ਇਸ ਸਾਰੇ ਚੀਵਨ ਡੀਲ ਵੀ ਥਰੋ ਹੋ ਕੇ ਪੇਮੈਂਟ ਤਾਂ ਇਹ ਪਹਿਲਾਂ ਲੈ ਲੈਂਦੇ ਨੇ ਹਮ ਲੇਕਨ ਇਹਨਾਂ ਦੇ ਕੋਲ ਫਿਰ ਜਦੋਂ ਮਰਜ਼ੀ ਜਿਹੜੀ ਹੈ ਉਸ ਡੀਲ ਨੂੰ ਜਵੇਂ ਪਾਕਿਸਤਾਨ ਦੇ ਨਾਲ ਇਹਨਾਂ ਦੀ F16 ਦੀ ਡੀਲ ਸੀ F16 ਜਿਹੜੇ ਸੀ ਕਿ ਵੀ ਪੈਸੇ ਉਹਨਾਂ ਨੇ ਲੈਲੇ ਪਾਕਿਸਤਾਨ ਤੋਂ ਪਤਾ ਨਹੀਂ ਕਿੰਨੇ ਭੇਜੇ 6 ਕਿ 8 ਫਿਰ ਕਿਹਾ ਜੀ ਬਾਕੀ ਇੰਨੇ ਪੀਰੀਅਡ ਚ ਹੋਏਗਾ ਤੇ ਉਧਰੋਂ ਜਦੋਂ ਨਿਊਕਲੀਅਰ ਧਮਾਕੇ ਹੋ ਗਏ ਇੰਡੀਆ আর ਪਾਕਿਸਤਾਨ ਦੇ 98 1998 ਚ ਬ੍ਰੈਸਲਰ ਐਮੈਂਡਮੈਂਟ ਲਾ ਕੇ ਇਹਨਾਂ ਨੇ ਮੇਰਾ ਖਿਆਲ ਹੈ 12 14 ਸਾਲ ਜਿਹੜੇ ਨੇ ਜਾਂ 10 ਸਾਲ ਪਾਕਿਸਤਾਨ ਦੇ ਪੈਸੇ ਵੀ ਰੋਕ ਛੱਡੇ F16 ਵੀ ਨਹੀਂ ਦਿੰਦੇ ਬਹੁਤ ਬਾਅਦ ਚ ਜਾ ਕੇ ਦਿੰਦੇ ਸੋ ਇਹ ਜਦੋਂ ਅਸੀਂ ਆਰਮਸ ਡੀਲ ਜਾਂ ਦੂਸਰੇ ਹੀ ਦੇਖਦੇ ਆ ਇਹ ਜਿਹੜੀਆਂ ਲੇਅਰਸ ਹੁੰਦੀਆਂ ਨੇ ਇਹਦੇ ਵਿੱਚ ਇਹ ਕਈ ਵਾਰੀ ਆਮ ਬੰਦੇ ਦੀ ਸਮਝ ਤੋਂ ਦੂਰ ਹੈ ਸਾਡੇ ਵੀ ਅਸੀਂ ਕਿਹੜੇ ਕੋਈ ਇਹਨਾਂ ਦੇ ਆਰਮਸ ਐਕਸਪਰਟ ਹੈ ਪਰ ਮੈਂ ਇਹ ਕਹਿਣਾ ਚਾਹੁੰਦਾ ਕਿ ਵੀ ਇਹ ਜਿਹੜੇ ਕੱਲ ਤੱਕ ਇਹ ਸੀਕੇਜੀ ਹੋ ਗਿਆ ਹੋ ਗਿਆ ਹੁਣ ਅਮਰੀਕਾ ਨੇ ਤੋੜ ਲਿਆ ਹੁਣ ਅੱਜ ਉਹਨਾਂ ਨੂੰ ਬਹੁਤਿਆਂ ਨੂੰ ਲੱਗਿਆ ਵੀ ਲੋ ਜੀ ਇਹ ਤਾਂ 24 ਘੰਟੇ ਦੇ ਵਿੱਚ ਵਿੱਚ ਪਲਟਾ ਮਾਰ ਲਿਆ 1 ਬਿਲੀਅਨ ਡਾਲਰ ਇਧਰ ਵੱਧ ਗਿਆ ਇਵੇਂ ਨਹੀਂ ਹੈ ਇਹ ਬਿਲਕੁਲ ਜਿਹੜਾ ਇਸ ਕਿਸਮ ਦਾ ਪਾਰਟ ਹੈ ਉਹਦੇ ਉਹਦੀਆਂ ਕਈ ਲੇਅਰਸ ਨੇ ਸੋ 3 ਸਾਲ ਵੇਟਿੰਗ ਟਾਈਮ ਵੀ ਹੈ ਅਸੀਂ ਦੇਖਦੇ ਕਿ ਯੂਐਸ ਕਾਂਗਰਸ ਦੇ ਵਿੱਚ ਇਸ ਤੇ ਪ੍ਰਤੀ ਕੀ ਰਿਸਪਾਂਸ ਹੋਏਗਾ ਅੱਛਾ ਔਰ ਜਿਹੜਾ ਸਟੇਟ ਡਿਪਾਰਟਮੈਂਟ ਨੇ ਉਹੀ ਕਿਹਾ ਕਿ ਜੀ ਯੂਐਸ ਇੰਡੀਆ ਸਟ੍ਰੈਟੈਜਿਕ ਰਿਲੇਸ਼ਨਸ਼ਿਪ ਔਰ ਖੇਤ ਸਟੇਬਿਲਟੀ ਪੀਸ ਦਿਸ दैट ਔਰ ਇਹ ਜਿਹੜਾ ਉਹਨਾਂ ਨੇ 네ਗੋਸ਼ੀਏਸ਼ਨ ਦੀ ਗੱਲ ਕੀਤੀ ਕਿ ਵੀ ਐਸ ਪਾਰਟ ਆਫ ਦਾ ਡੀਲ General Atomics is scheduled to establish a global maintenance repair and overhaul facility so eh sare ch jehdi hai assi eh dekhde haalan eh vi hai ke kai baar jehdi congress di approval hundi hai oh ik as a formality dekhi jandi hai ke ik formality hai par udech kyunke already dono briefings de vede dono hi committees house or senate di hai ਇਸ ਦੇ ਉੱਤੇ ਕਾਫੀ ਇੰਡੀਆ ਨੂੰ ਰਗੜੇ ਦਿੱਤੇ ਹੋਏ ਨੇ ਔਰ ਅਸੀਂ ਕੱਲ ਜ਼ਿਕਰ ਕੀਤਾ ਸੀ ਕਿ ਸੈਨੇਟਰ ਕ੍ਰਿਸ ਨੇ ਤਾਂ ਈਵਨ ਜਿਹੜਾ ਆਰਮਜ਼ ਐਕਟ ਇਸ ਤੇ ਉਤੇ ਪਾਬੰਦੀ ਲਾੰਦਾ ਉਹਨੂੰ ਕੋਰਟ ਕਰਨ ਦੀ ਗੱਲ ਕੀਤੀ ਹੈ ਲੇਕਨ ਜੇ ਇਵਨ ਇਹ ਕਲੀਅਰ ਵੀ ਹੋ ਜਾਂਦੀ ਹੈ ਕਾਂਗਰਸ ਚੋ ਵੀ ਕਲੀਅਰ ਹੋ ਜਾਂਦੀ ਹੈ ਸਟਿਲ 3 ਇਅਰਸ ਟਾਈਮ ਇਨ ਬਿਟਵੀਨ ਹੈ ਜਿਹੜਾ ਇਹਨਾਂ ਦੇ ਲਈ ਵੀ ਮਾਨੀਟਰਿੰਗ ਟਾਈਮ ਹੋ ਸਕਦਾ ਸੋ ਮੈਂ ਸਮਝਦਾ ਵੀ ਜਿਹੜੇ ਸਾਡੇ ਵੀਰ ਪੈਣਾ ਇੱਕਦਮ ਜੰਪ ਕਰਦੇ ਨੇ ਕਿਸੇ ਵੀ ਕਨਕਲੂਜਨ ਨੂੰ ਉਹਨਾਂ ਨੂੰ ਇਹ ਸਾਰੇ ਮਾਮਲਿਆਂ ਦੇ ਵਿੱਚ ਇੱਕਦਮ ਹੋਪਫੁਲ ਜਾਂ ਇੱਕਦਮ ਨਿਰਾਸ਼ ਹੋਣ ਦੀ ਲੋੜ ਨਹੀਂ ਹੈ ਇਸ ਦੀਆਂ ਕਈ ਤਾਹ ਨੇ ਕਈ ਲੇਅਰਸ ਨੇ ਔਰ ਖੋਲ ਮੇ ਪੋਲ ਹੈ ਪੋਲ ਮੇ ਫਿਰ ਢੋਲ ਹੈ ਢੋਲ ਮੇ ਫਿਰ ਖੋਲ ਹੈ ਖੋਲ ਮੇ ਫਿਰ ਪੋਲ ਹੈ ਇਹ ਜਿਹੜੀਆਂ ਵਿਦੇਸ਼ ਨੀਤੀਆਂ ਨੇ ਆਰਮਸ ਡੀਲ ਨੇ ਨਹੀਂ ਇਜ਼ੀ ਨਹੀਂ ਹਾਂ ਨਹੀਂ ਇਹਦੇ ਚ ਕਈ ਕਈ ਕੁਝ ਕਈ ਵਾਸੇ ਉਹਨਾਂ ਨੇ ਕਿਤੇ ਸਕਰੂ ਕਰਨਾ ਹੈ ਕਦੇ ਸਕਰੂ ਖਸ ਦੇਣਾ ਹੈ ਕਦੇ ਢਿੱਲਾ ਕਰ ਦੇਣਾ ਕਿਉਂਕਿ ਇਹਦਾ ਇਹਦਾ ਐਂਡ ਜਿਹੜਾ ਉਹ ਫਾਈਨੈਂਸ਼ੀਅਲ ਇੰਟਰਸਟ ਵੀ ਸਟ੍ਰੈਟੈਜਿਕ ਇੰਟਰਸਟ ਵੀ ਔਰ ਕਈ ਵਾਰੀ ਥਕਾ ਦਿੰਦੇ ਨੇ ਕਈ ਵਾਰ ਤਰਲੇ ਕਰਵਾਉਂਦੇ ਨੇ ਕਈ ਵਾਰ ਬੰਦੇ ਦਾ ਪੁੱਤ ਬਣਾਉਂਦੇ ਨੇ ਇਹ ਇਹ ਸਾਰਾ ਹੀ ਜਿਹੜਾ ਇਸ ਦਾ ਹਿੱਸਾ ਹੈ ਜੀ ਡਾਕਟਰ ਸਾਹਿਬ ਤੁਹਾਨੂੰ ਬਹੁਤ ਬਹੁਤ ਸ਼ੁਕਰੀਆ ਸੋਥਲੇ ਨੇ ਬ੍ਰੇਕ ਹੋ ਪਰ ਤੇ ਜਾਂ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹਾਂ ਵੀਅਰਸ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 4 ਇੱਕ ਪੰਥਕ ਜਾਨਣਾ ਹੈ ਔਰ ਟੀਵੀ 4 ਦੀ ਚੜਦੀ ਕਲਾ ਵਾਲੀ ਬਾਤ ਤੋਂ ਬਾਅਦ ਦੋਨੇਟ ਕਰੋ ਦੋਨੇਟ ਕਰਨ ਲਈ ਸਾਡੀ ਵੈਬਸਾਈਟ tv4.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ ਮੰਥਲੀ ਡੋਨੇਟ ਵੀ ਕਰ ਸਕਦੇ ਹੋ cityview report ਦੇ ਨਾਮ ਤੇ ਚੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-0137 New Long Island City New York 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਈ ਵੀ ਸੰਪਰਕ ਕਰ ਸਕਦੇ ਹੋ 516-619-5984 ਸੇਮ ਨੰਬਰ ਤੇ WhatsApp ਕਰ ਸਕਦੇ ਹੋ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ infactv@tv.tv ਅਸੀਂ ਤੁਹਾਡੇ ਤੇ ਆदिल ਦੂਰ ਸ਼ੁਕਰਗਜ਼ਾਰ ਹੋਵਾਂਗੇ ਸੋ ਇਥੇ ਲੈਨੇ ਬ੍ਰੇਕ ਪੀਅਰਸ ਤੁਹਾਨੂੰ ਇਸ ਤਰ੍ਹਾਂ ਹੀ ਬੜੇ ਨਾਲ ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ